ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ 3 ਸਾਲਾਂ ਦੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਜਨਤਾ ਦੇ ਸਾਹਮਣੇ ਰੱਖੀਆਂ ਹਨ। ਅਕਾਲੀ ਦਲ ਦੇ ਨੇਤਾ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਜੋ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਕੜੇ ਪੇਸ਼ ਕੀਤੇ ਹਨ ਉਹ ਠੀਕ ਨਹੀਂ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਜੋ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ। ਪੰਜਾਬ ਦੇ ਵਿੱਚ ਸਭ ਤੋਂ ਨਖਿੱਧ ਸਰਕਾਰ ਜੇ ਕੋਈ ਸਾਬਤ ਹੋਈ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਹੋਈ। ਹਰ ਗੱਲ 'ਤੇ ਝੂਠ। ਅੱਜ ਅਖਬਾਰਾਂ ਦੇ ਵਿੱਚ ਸਾਰਿਆਂ 'ਚ ਇਸ਼ਤਿਹਾਰ ਦਿੱਤੇ ਹੈ ਕਿਸਾਨੀ ਕਰਜ਼ਾ ਮਾਫ਼ੀ 'ਤੇ। ਇੱਥੇ ਕਹੀ ਜਾਂਦੇ ਅਸੀਂ 5123 ਕਰੋੜ ਜਿਹੜਾ ਸੀਗਾ ਉਹ ਮਾਫ਼ ਕੀਤਾ, ਅਤੇ ਖੁਦ ਕੋਈ ਮੁੱਖ ਮੰਤਰੀ ਸਾਹਿਬ ਜਦੋਂ ਦੇ ਰਹੇ ਨੇ ਪ੍ਰੈਸ ਕਾਨਫਰੰਸ ਜਾਣਕਾਰੀ ਉਦੋਂ 4700 ਕਰੋੜ ਦੀ ਹੈ। ਇਸੇ ਤਰ੍ਹਾਂ ਨੌਕਰੀਆਂ ਦੇ ਮਾਮਲੇ 'ਚ ਹਰ ਗੱਲ ਦੇ ਵਿੱਚ ਇੰਨੀ ਵੱਡੀ ਪੱਧਰ 'ਤੇ ਝੂਠ ਬੋਲਿਆ ਜਾ ਰਿਹਾ ਹੈ। ਮੈਂ ਸਮਝਦਾ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਗਲੀ ਕੂਚੇ ਚਲੇ ਜਾਓ, ਇੱਕ ਵੀ ਬੰਦਾ ਤੁਹਾਨੂੰ ਸਰਕਾਰ ਨਾਲ ਕੋਈ ਸਹਿਮਤ ਹੋ ਜਾਏ ਜਿਹੜੇ ਅੰਕੜੇ ਅੱਜ ਕੈਪਟਨ ਸਾਹਿਬ ਨੇ ਪੇਸ਼ ਕੀਤੇ ਆ ਜਾਂ ਉਹਦੇ ਮੰਤਰੀਆਂ ਨੇ ਪੇਸ਼ ਕੀਤੇ ਆ, ਮੇਰਾ ਨਹੀਂ ਖਿਆਲ ਕਿ ਤੁਹਾਨੂੰ ਇੱਕ ਵੀ ਬੰਦਾ ਜਿਹੜਾ ਉਹ ਲੱਭੂਗਾ। ਹਰ ਅੰਕੜੇ ਦੇ ਵਿੱਚ ਝੂਠ ਹੈ। ਤੁਸੀਂ ਉਦੋਂ ਕਿਹਾ ਸੀ 40 ਲੱਖ ਨੂੰ ਅਸੀਂ ਨੌਕਰੀ ਦੇਵਾਂਗੇ, ਅੱਜ ਤੁਸੀਂ ਕਹਿੰਦੇ 1 ਲੱਖ ਨੂੰ ਨੌਕਰੀ ਦੇਵਾਂਗੇ। ਭੱਤਾ ਦੇਣਾ ਸੀ ਉਹ ਨਹੀਂ ਦਿੱਤਾ। ਗਰੀਬਾਂ ਦੇ ਆਟਾ ਦਾਲ ਦੇ ਨਾਲ ਚੀਨੀ ਚਾਹ ਪੱਤੀ ਦੀ ਗੱਲ ਕੀਤੀ ਸੀ, ਦਾਲ ਤੁਸੀਂ ਪੱਕੇ ਤੌਰ 'ਤੇ ਕੱਟਤੀ, 40% ਕਾਰਡ ਕੱਟਤੇ ਆ। ਇਸੇ ਤਰ੍ਹਾਂ ਮੁਲਾਜ਼ਮਾਂ ਦਾ DA 20% ਦੱਬੀ ਬੈਠੇ ਹੋ, 1000 ਕਰੋੜ ਰੁਪਇਆ ਪੇ ਕਮਿਸ਼ਨ ਤੁਸੀਂ ਲਾਗੂ ਨਹੀਂ ਕਰ ਰਹੇ। ਬਿਜਲੀ ਦਾ ਰੇਟ ਜਿਹੜਾ ਸਾਡੇ ਵੇਲੇ 5 ਰੁਪਏ ਸੀ, ਅੱਜ 10 ਰੁਪਏ ਯੂਨਿਟ ਹੈ। ਵਾਰ ਵਾਰ ਪੱਤਰਕਾਰ ਵੀਰਾਂ ਵੱਲੋਂ ਪੁੱਛੇ ਜਾਣ 'ਤੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਇੰਨਾ ਘਟਾ ਦਾਂਗੇ, ਵੀ ਵਿਲ ਲੁੱਕ ਇਟ। ਇਹ ਇਸ ਗੱਲ ਨਾਲ ਗਰੀਬਾਂ ਦੇ ਬਿੱਲ ਛੋਟੇ ਨਹੀਂ ਹੋਣੇ। ਇਸ ਕਰਕੇ ਮੈਂ ਸਮਝਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਅਵਾਰਡ ਦੇਣਾ ਹੋਵੇ ਤਾਂ ਸਾਰੇ ਹਿੰਦੁਸਤਾਨ 'ਚੋਂ ਨਖਿੱਧ ਮੁੱਖ ਮੰਤਰੀ ਦਾ ਦਿੱਤਾ ਜਾ ਸਕਦਾ। ਕੋਈ ਇੱਕ ਗੱਲ ਹੈ ਕਿ ਜਦੋਂ ਉਹਨਾਂ ਨੇ ਕਿਹਾ ਸੀ ਕਿ ਮੇਰਾ ਆਖਰੀ ਇਲੈਕਸ਼ਨ ਹੈ, ਉਦੋਂ ਵੀ ਕਿਸੇ ਨੇ ਕੋਈ ਦਬਾਅ ਪ੍ਰੈਸ਼ਰ ਥੋੜ੍ਹੀ ਪਾਇਆ ਸੀਗਾ। ਇਹ ਬੰਦੇ ਦੀਆਂ ਗੱਲਾਂ ਤੋਂ ਕਿਰਦਾਰ ਸਮਝ ਆ ਜਾਂਦਾ ਹੈ ਕਿ ਬੰਦਾ ਆਪਣੀ ਗੱਲ 'ਤੇ ਸਟੈਂਡ ਕਰਦਾ ਹੈ ਜਾਂ ਨਹੀਂ ਕਰਦਾ। ਮੈਂ ਸਮਝਦਾ ਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਅਧਿਕਾਰ ਖੇਤਰ ਹੈ, ਉਹਨਾਂ ਦੀ ਪਾਰਟੀ ਦਾ ਅਧਿਕਾਰ ਖੇਤਰ ਹੈ, ਪਰ ਜੇ ਉਹਨਾਂ ਨੇ ਉਸ ਵੇਲੇ ਕਿਹਾ ਸੀ ਕਿ ਮੇਰਾ ਆਖਰੀ ਇਲੈਕਸ਼ਨ ਹੈ ਅਤੇ ਅੱਜ ਉਹਨਾਂ ਦੀ ਕੀ ਮਜਬੂਰੀ ਹੈ ਜਾਂ ਕੀ ਲਾਲਚ ਹੈ ਕਿ ਉਹ ਦੁਬਾਰਾ ਫਿਰ ਇਲੈਕਸ਼ਨ ਲੜਨ ਦੀਆਂ ਗੱਲਾਂ ਕਰਦੇ ਨੇ। ਕੋਈ ਗੱਲ, ਜੁਗ ਜੀਨ ਔਰ ਤਕੜੇ ਹੋ ਕੇ ਲੜਨ। 2022 'ਚ ਲੋਕ ਸਬਕ ਸਿਖਾਉਣਗੇ ਕਿ ਕਿਸ ਹਾਲਾਤਾਂ ਦੇ ਵਿੱਚ ਇਲੈਕਸ਼ਨ ਲੜੀ ਜਾਣੀ ਹੈ।